की होया कि कुटमार हो कि किमें हैं जी दरअसल इस ते इल्जाम कुटमार दे ने पर जदो सवाल होया ते कैमरा कोल नू भजदा विखिया उदयवीर सिंह रंधावा सुनो आखिर माजरा की है क्या हुआ जी कैबिनेट एक्स कैबिनेट मिनिस्टर सुखजिंदर सिंह रंधावे का मुंडा 2019 तो साढ़े नाल धक्का करी जांदा अज मैं अपने दोस्तों नाल कोयो के गया सी खाना खान डिनर करन उत्थे इन्हें वॉशरूम च वेख के मैनू पंच किया जी इहदी सारी फैमिली ने मैनू उत्थे पंच किया मैं उत्थों आया भज के आया उत्थों मैं भज के एस्केप होया उस तो बाद इन्होंने मैनू गड्डी दे विच बा के मेरे गन पॉइंट नाल मैनू गड्डी दे विच इन्होंने धमकाया जी हाँ जी बिल्कुल सी अब मैं फोन दे विचों हुण वीडियो डिलीट करवाई है जी वो आप दोबारा कढ़वावांगे कल नूं गनमैन दो पता नहीं तैनूं सीगे जी बिल्कुल कीती है जी किस गल नूं लैके विवाद होया सीगा गल नूं तां की लैके जी जिवें लोकां दे छित्तर मारदे आ थोड़ा जिहा ज्यादा बणे हुए आ वैसे खाना खा रहे सीगे विवाद सैक्टर 17 जी पर एक गल कह देने चाहुणा है जी ये लोगों नाल धक्का कर सकते अपने नाल नहीं कर सकते जिवें अपने नाल कीती आ जो मर्जी हो जाए मैं उवें करूँगा पहला धक्का करी जाते हैं जी ये एडमिनिस्ट्रेशन भी चाहिए इन्हों फ्री दियां पावर दित्तियां गईयां लोगों तंग करन दित्तियां गईयां या लोगों का भला करन दित्तियां गईयां पावर इन्हों इहनू गनमैन की रिक्वायरमेंट है जी पहले यह गल दसी जाए गनमैन लोगों को कुटन रखे आ दबा तो जो गनमैन चार नाल चक्की फिरदे दबा तो आपे ही है जी इन्ना पुलिस एडमिनिस्ट्रेशन है जी असीं पढ़न वाले बच्चे अंदर मैनूं कॉम्प्रोमाइज करन नूं कह रहे सीगे जी मैं कहा मैं कंप्लेंट वापस नहीं लैनी ਤੁਸੀਂ ਕੰਪਲੀਟ ਵਾਪਸ ਰੱਤੀ ਨਹੀਂ ਨਹੀਂ ਲੈਤੀ ਜੀ ਬਿਲਕੁਲ ਨਹੀਂ ਲੈਤੀ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇਧਰ ਪੁਲਿਸ ਵੱਲੋਂ ਬਸ ਉਹਨਾਂ ਨੇ ਆਏ ਮੈਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਮੈਂ ਕੰਪਲੀਟ ਵਾਪਸ ਨਹੀਂ ਲੈਣੀ ਉਹ ਕਹਿ ਰਹੇ ਤੁਹਾਡਾ ਕੰਪਰੋਮਾਈਜ਼ ਕਰਵਾ ਦਿੰਦੇ ਮੈਂ ਵੀਡੀਓ ਜ਼ਿਕਰ ਕੀਤਾ ਵੀਡੀਓ ਡਿਲੀਟ ਹਾਂ ਵੀਡੀਓ ਮੈਂ ਇਹਦੇ ਫੋਨ ਚੋਂ ਡਿਲੀਟ ਕਰਵਾਈ ਆ ਕਿਹੜੀ ਵੀਡੀਓ ਸੀ ਉਹ ਮੈਨੂੰ ਕੁੱਟਮਾਰ ਕਰਦੇ ਦੀ ਵੀਡੀਓ ਸੀਗੀ ਜੀ ਉਹ ਆਪਾਂ ਦੁਬਾਰਾ ਕਢਵਾਵਾਂਗੇ ਰੀ ਕਿੱਥੇ ਕਿੱਥੇ ਚੋਟ ਸੱਟ ਮਾਰੀ ਤੁਹਾਨੂੰ ਸੱਟ ਤਾਂ ਇੱਥੇ ਹੈਗੀ ਹੈ ਜੀ ਅਬ ਸੈਕਟਰ 22 ਹਸਪੀਟਲ ਤੋਂ ਕਿਹੜਾ ਸੈਕਟਰ ਸੀਗਾ 22 ਹਾਂ ਸੈਕਟਰ 22 ਹਸਪੀਟਲ ਤੋਂ ਸਟੇਜਿਸ ਲਾ ਕੇ ਆਏ ਹਾਂ ਜੀ ਉਹ ਉਹਨੇ ਐਲਕੋਹਲ ਇਨਟੇਕ ਲਿਆ ਹੋਇਆ ਸੀਗਾ ਜੀ ਮੈਂ ਰਿਕੁਐਸਟ ਕਰਦਾ ਵੀ ਉਹਦੇ ਟੈਸਟ ਦੁਬਾਰਾ ਕਰਵਾਏ ਜਾਣ ਕੰਮ ਕੀ ਕਰਦੇ ਹੋ ਵੈਸੇ ਮੈਂ ਲਾਅ ਕਰ ਰਿਹਾ ਜੀ ਪੰਜਾਬ ਯੂਨੀਵਰਸਿਟੀ ਚ ਦਾਵਾ ਜੀ ਪ੍ਰੈਸ਼ਰ ਪਾ ਰਹੇ ਸੀ ਮੁੰਡੇ ਤੇ ਕਿ ਹਾਂ ਵੀ ਕੰਪਰੋਮਾਈਜ਼ ਕਰੋ ਕੰਪਰੋਮਾਈਜ਼ ਕਰੋ ਹੁਣ ਵੀ ਅੰਦਰ ਬੈਠੇ ਆ ਠੀਕ ਆ ਤਾਂ ਚਲੋ ਜੋ ਵੀ ਕੀਤਾ ਉਹ ਮਾੜਾ ਕੀਤਾ ਉੱਥੋਂ ਵੀ ਇਹਨਾਂ ਨੂੰ ਜੋ ਵੀ ਲੈ ਕੇ ਨਾ ਉਹ ਆਪਦੀ ਗੱਡੀ 'ਚ ਲੈ ਕੇ ਕੁੱਟ ਮਾਰ ਕਰਕੇ ਇੱਥੇ ਲੈ ਕੇ ਇੱਥੇ ਆ ਕੇ ਉਹਨਾਂ ਨੇ ਇਹਨ ਪੁਲਿਸ ਨੂੰ ਵੀ ਗਾਲਾਂ ਕੱਢੀਆਂ ਫਿਰ ਉਹ ਇਹਨਾਂ ਨੇ ਵੀ ਅੱਗੋਂ ਵੈਪਨ ਕੱਢੇ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਨਾਲ ਉਹਨੇ ਗਨਮੈਨ ਸੀ ਉਹਨਾਂ ਵੈਪਨ ਕੱਢੇ ਵੈਪਨ ਕੱਢਣ ਹਾਂ ਉਹਦੀ ਤੁਸੀਂ ਦੇਖ ਲਿਓ ਉਹਨਾਂ ਨੇ ਵੈਪਨ ਕੱਢੇ ਫਿਰ ਜਾ ਕੇ ਆਹ ਮੁਲਾਜ਼ਮ ਹਾਂ ਗਾਲਾਂ ਕੱਢੀਆਂ ਜੀ ਇਹਨਾਂ ਨੂੰ ਮੁਲਾਜ਼ਮਾਂ ਨੂੰ ਪੁੱਛੋ ਜੀ ਆਓ ਜੀ ਇੱਕ ਵਾਰੀ ਅੱਗੇ ਉਹਨਾਂ ਨਾਲ ਦੇਖੋ ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢੀਆਂ ਜੀ ਠੀਕ ਆ ਫਿਰ ਇਹਨਾਂ ਨੇ ਵੈਪਨ ਕੱਢੇ ਉਹਨਾਂ ਨੂੰ ਫਿਰ ਜਾ ਕੇ ਇਹ ਮੁੰਡੇ ਨੂੰ ਛੜਵਾਇਆ ਇਹ ਗੱਡੀ 'ਚ ਇਹਨੂੰ ਇੱਥੇ ਲੈ ਕੇ ਆਏ ਨਾਲ ਕਿਡਨੈਪ ਕਰਕੇ ਮੈਂ ਸੀਸੀਟੀਵੀ ਦੇ ਵਿੱਚ ਇਹ ਦੱਸਣਾ ਹਾਂਜੀ ਇਹ ਸੀਸੀਟੀਵੀ ਦੇ ਵਿੱਚ ਰਿਕਾਰਡ ਆ ਵੀ ਚੰਡੀਗੜ੍ਹ ਪੁਲਿਸ ਦੀ ਸੀਸੀਟੀਵੀ 'ਚ ਸਾਰਾ ਕੁਝ ਪਿਆ ਜਿਹੜਾ ਆਪਣੇ ਇੱਥੇ ਚੈੱਕ ਕਰ ਸਕਦੇ ਹੋ ਤੇ ਐਡਮਿਨਿਸਟ੍ਰੇਸ਼ਨ ਦੇ ਕੈਮਰੇ ਲੱਗੇ ਜਿਹੜੇ ਥਰੂ ਆਊਟ ਚੰਡੀਗੜ੍ਹ ਉਹਦੇ ਰਿਕਾਰਡ ਆਪ ਬੈਠੇ ਹੋਏ ਅੰਦਰ ਜੀ ਇਹਨਾਂ ਦੇ ਬੱਚੇ ਤੇ ਪ੍ਰੈਸ਼ਰ ਪਾਇਆ ਪੂਰਾ ਜੀ ਬਿਲਕੁਲ ਜੀ 1 ਘੰਟੇ ਤੋਂ ਪ੍ਰੈਸ਼ਰ ਪਾ ਰਹੇ ਸੀ ਇੱਥੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਇਹਨਾਂ ਨੇ ਪੁਲਿਸ ਨਾਲ ਬਦਤਮੀਜੀ ਕੀਤੀ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਕੈਮਰੇ ਦੇ ਰਹੀਂ ਵੀ ਲੋਕ ਇਹ ਵੇਖ ਲੈਣ ਵੀ ਆਪਾਂ ਇਹਨਾਂ ਦਾ ਧੱਕਾ ਸਹਿਣਾ ਕਿ ਨਹੀਂ ਸਹਿਣਾ ਕੱਲ ਨੂੰ ਜਵਾਬ ਮੈਂ ਤਾਂ ਸਹਿਣਾ ਨਹੀਂਗਾ ਜੀ ਪਹਿਲਾਂ ਵੀ ਨਹੀਂ ਸਿਆ ਹੁਣ ਵੀ ਨਹੀਂ ਸਹਿਣਾ ਜੇ ਮੰਤਰੀ ਰੱਬ ਨੇ ਲਾਏ ਆ ਕੋਈ ਇਹ ਲੋਕਾਂ ਨੂੰ ਛਿੱਤਰ ਮਾਰਨ ਨੂੰ ਤਾਂ ਲਾ ਨਹੀਂ ਦਿੱਤੇ ਜੇ ਛਿੱਤਰ ਮਾਰਨ ਜਾਣਦੇ ਆ ਜੀ ਛਿੱਤਰ ਦੁਬਾਰਾ ਪੈਂਦੇ ਵੀ ਹੁੰਦੇ ਆ ਠੀਕ ਹੈ ਜੇ ਬਾਕੀ ਲੋਕ ਡਿਸਾਈਡ ਕਰ ਲੈਣ ਵੀ ਇਹਨਾਂ ਤੋਂ ਆਪਾਂ ਐਂ ਕਰਵਾਉਣੀ ਆ ਕਿ ਨਹੀਂ ਕਰਵਾਉਣੀ ਜੇ ਸਾਰੀ ਉਮਰ ਛਿੱਤਰ ਹੀ ਖਾਈ ਜਾਣੇ ਆ ਤਾਂ ਉਵੇਂ ਚੱਲ ਲਾਂਗੇ ਮੈਨੂੰ ਤਾਂ ਲੱਗਦਾ ਵੀ ਮੰਤਰੀ ਲੋਕਾਂ ਦਾ ਫਾਇਦਾ ਕਰਨ ਵਾਸਤੇ ਹੁੰਦੇ ਆ ਐਡਮਿਨਿਸਟ੍ਰੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਆ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਹੁੰਦੇ ਆ ਮੈਨੂੰ ਨਹੀਂ ਇਹ ਲੱਗਦਾ ਵੀ ਮੰਤਰੀ ਲੋਕਾਂ ਨੂੰ ਕੁੱਟਣ ਨੂੰ ਜਾਂ ਉਹਨਾਂ ਦੇ ਬੱਚੇ ਲੋਕਾਂ ਨੂੰ ਕੁੱਟਣ ਨੂੰ ਹੁੰਦੇ ਆ ਦਬਾਅ ਪਾਉਣ ਨੂੰ ਹੁੰਦੇ ਆ ਜਦੋਂ ਅਸੀਂ ਆਏ ਨਾ ਜੀ ਇਹ ਮੁੰਡੇ ਨੂੰ ਅੰਦਰ ਬਿਠਾ ਰੱਖਿਆ ਸੀ ਉਹਨਾਂ ਦੇ ਮੁੰਡੇ ਨੂੰ ਸਪੈਸ਼ਲ ਗੱਡੀ ਦੇ ਵਿੱਚ ਇਨੋਵਾ ਦੇ ਵਿੱਚ ਏਸੀ ਲਾ ਕੇ ਬਿਠਾਇਆ ਸੀ ਜੇ ਅਸੀਂ ਨਾ ਆਉਂਦੇ ਤਾਂ ਇਹਨੂੰ ਉਦੋਂ ਵੀ ਪ੍ਰੈਸ਼ਰ ਪਾ ਰਹੇ ਸੀ ਨਾ ਤਾਂ ਮੈਡੀਕਲ ਕਰਾ ਰਹੇ ਸੀਗੇ ਅਸੀਂ ਆਏ ਸਾਰੇ ਨੇ ਯੂਨੀਵਰਸਿਟੀ ਜਦੋਂ ਸਾਨੂੰ ਪਤਾ ਲੱਗਾ ਤਾਂ ਫਿਰ ਉਹ ਬੱਚੇ ਨੂੰ ਇਹਨਾਂ ਤਾਰ ਕੇ ਇਧਰਲੇ ਰੂਮ 'ਚ ਲੈ ਗਏ ਫਿਰ ਇਹਦਾ ਮੈਡੀਕਲ ਨਹੀਂ ਕਰਾਉਂਦੇ ਫਿਰ ਇਹਦਾ ਮੈਡੀਕਲ ਕਰਵਾਏ ਮੈਡੀਕਲ ਕਰਵਾ ਕੇ ਫਿਰ ਇਹਦਾ ਜੋ ਵੀ ਬਿਆਨ ਲਏ ਤਾਂ ਪਹਿਲਾਂ ਇਸ ਚੀਜ਼ ਤੋਂ ਮਤਲਬ ਮੈਡੀਕਲ ਕਰਵਾ ਹੀ ਨਹੀਂ ਰਹੇ ਸੀਗੇ ਇੰਨੀ ਦੇਰ ਅੰਦਰ ਗੱਲ ਕੀ ਹੋ ਰਹੀ ਸੀ ਹੁਣ ਤੱਕ ਇੰਨੀ ਦੇਰ ਪ੍ਰੈਸ਼ਰ ਪਾ ਰਹੇ ਸੀ ਜੀ
देखो अंदर बैठे हुए सुखी रंधावा जी आप जी उन्होंने गनमैन हो गए जी सारे 20-25 फिर उन्होंने मान लो होर काफ़ी सारे उन्हें 10-15 मुंडे बुलाए हुए तो ये प्रैशर पा रहे कॉम्प्रोमाइज़ कर जिमें मर्जी कर तो यू देखो कोई भी आप छित्र खा के कदम कॉम्प्रोमाइज़ थोड़ो करा जी दसो कमाल होगी जी। हाँ जी देखो जो भी है मान लो मेडिकल कराया जो भी रिपोर्ट आँदी है उस आधार पर मान लो जो भी है कार्रवाई की जाए जी। देखो जेडे हिसाब नो पुलिस को गाला कड़ रहे मैं तो नहीं लगता जी वो भी कोई कुछ भी होगा आप बैठे हुए अंदर जी पुलिस को तो उन्होंने आके गाला कड़िया जी उन्होंने गनमैन ने जो लैके आए गड्डी सुट के लैके आए जी इतने कुट के ले अंदर कुटिया इन गड्डी बिठा के भी कुटिया उन्होंने तो ग हाँ शिकायत दे विच दित्ता जी भी सैक्टर 17 दे विच मैनूं वाशरूम च मिलिया कोयो कोयो जी उत्थे इहने मैनूं पंच किया अगों मैं जिन्ना कि इहने मैनूं किया जी मैं रिवर्ट किया बट जदों मैं उत्थों बाहर आया इहनां दी सारी फैमिली उत्थे मैनूं पंच करन लगी है जी बट मैं कानून दे दायरे दे विच रह के कहना चाहुंदा भी आपां नूं अगों फाइट बैक करना नहीं शोभा दिंदा पर मैं इह दसणा चाहुंदा जी भी इहनां नाल करनी तां उह बणदी आ भी सिंघां वाली कीती जावे जिमें सिंह करते हैं ना जी जिमें धक्का हुंदा करनी तो बनती है पर कानून है कानून के उत्ते छड्डिया भी वह की करते हैं। सुखजिंदर सिंह रंधावा पंजाब कांग्रेस सीनियर लीडर ने ते हलका डेरा बाबा नानक दे मौजूदा विधायक हाल ही च इन्हां नूं कांग्रेस वर्किंग कमेटी का मैंबर भी नियुक्त किया गया है पर हुणे चर्चा च आए ने अपने बेटे दे विवाद नूं लैके मोहाली तो पंजाब तक दे लई एक खबर भेजी है अभिषेक मनरो ने। बाकी तुसी इस रिपोर्ट ते की कुछ कहना चाहोगे कमेंट करके जरूर दसो ते देखते रहो पंजाब तक।